बठिंडा तो रिश्तियां नू तार तार करन वाला मामला सामने आया है, जिथे एक भरा ने अपने सके भरा नू गोलियां नाल छली कर दिता। एक तो बाद एक लगभग अद्धा दर्जन गोलियां एक सके भरा ने एक सके भरा दी हिक चो कढ़िया, जिस नाल भरा ने दम तोड़ दिता। झगड़े का कारण जमीनी वाद दस्या जा रहा है, जिसनू लैके दो सके भरा जसविंदर सिंह अते सिमरजीत सिंह आपस विच भिड़ गए, जिस तो बाद सिमरजीत सिंह ने मृतक जसविंदर सिंह ते फायरिंग करनी शुरू कर दिती। फायरिंग तो बाद 36 साल सिमरजीत फरार हो गया अते 31 साल जसविंदर सिंह ने दम तोड़ दिता। जसवंत सिंह वाली है की होया जी, मड़े दस दे इक वारी करना। मैं तां घर नहीं सीगा जी, वड्डा बेटा मेरा जसविंदर उन्हें लग किया होया सी। वो पहले कहना जी मैं मारूंगा, मैं रफल सी जिहड़ी वो मैं थाने से जमा करवाती सी SHO नूं कह के कतवाली च। उस तो बाद पता नहीं कतवाली वाली लेके आया उन्होंने, तो पता नहीं कितने होर लेके आया। मैं घर नहीं सी, घर के अंदर वड़ के छी फैरो ते मारे, उन्हें मारे। मैं 10 मिनट पहले ही घरों गया सी। ਰਿਵਾਲਵਰ ਆਹ ਜਿਹੜੀ ਇਹਦੇ ਕੋਲ ਸੰਸੀ ਸੀ, ਫਿਰ ਮੈਂ ਕਤਵਾਲੀ ਜਮ੍ਹਾਂ ਕਰਵਾਤੀ ਸੀ SHO ਨੂੰ ਕਹਿ ਕੇ। ਉਹ ਕਹਿੰਦੇ ਸੀ ਤੇਰੇ ਸਾਨਾ ਬਣਾ ਸੀ ਦਿੰਦੇ ਨਹੀਂ, ਪਤਾ ਨਹੀਂ ਉਹੀ ਲੈ ਕੇ ਆਇਆ ਕੋਈ ਨਜਾਇਜ਼ ਲੈ ਕੇ ਆਇਆ, ਇਹ ਰੱਬ ਨੂੰ ਪਤਾ। ਉੱਧਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਮਰਨਜੀਤ ਸਿੰਘ ਵਾਲੀਆ ਨੇ ਇੱਥੇ ਨਈ ਬਸਤੀ ਗਲੀ ਨੰਬਰ 4 ਦੇ ਵਿੱਚ ਰਹਿੰਦੇ। ਇਹਨਾਂ ਦੇ ਫਾਦਰ ਸਰਦਾਰ ਜਸਵੰਤ ਸਿੰਘ ਨੇ, ਇਹਨਾਂ ਦਾ ਖੇਤੀਬਾੜੀ ਦਾ ਧੰਦਾ ਹੈ। ਇਹਦਾ ਬ੍ਰਦਰ ਜਿਹੜਾ ਜਸਵਿੰਦਰ ਸਿੰਘ ਹੈ ਉਹਦੇ ਨਾਲ ਇਹਦਾ ਡਿਸਪਿਊਟ ਸੀਗਾ ਜਾਇਦਾਦ ਨੂੰ ਲੈ ਕੇ। ਅੱਜ ਜਿਹੜਾ ਹੈਗਾ ਉਹਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਇਹਨੂੰ ਗਨ ਸ਼ਾਟ ਕੀਤਾ ਹੈਗਾ, ਦੀ ਡੈਥ ਹੋ ਗਈ ਮੈਕਸ ਦੇ ਵਿੱਚ ਇੱਥੇ ਆ ਕੇ। ਜ਼ਿਆਦਾ ਤੌਰ 'ਤੇ ਜਿਹੜੇ ਦਿਸਦੇ ਉਹ 3 ਫਾਇਰ ਦਿਸਦੇ ਨੇ, ਬਾਕੀ ਅੱਗੇ ਡਾਕਟਰ ਸਾਹਿਬ ਦੱਸ ਦਿੰਦੇ। 5 ਜਾਂ 6 ਫਾਇਰ ਹੋਣਗੇ ਮੇਰੇ ਖਿਆਲ। 31 ਸਾਲ ਦੀ ਉਮਰ ਦੇ ਇਹਦੇ ਬ੍ਰਦਰ ਜਿਹੜਾ ਮਾਰਨ ਵਾਲਾ, ਉਹਦੀ 36 ਸਾਲ ਦੀ ਉਮਰ 'ਚ। ਇਹ ਪਰਿਵਾਰਕ ਮੈਂਬਰ ਹੀ ਲੱਗਿਆ ਸੀ। ਜਸਟ ਰੇਡ ਕਰਦੇ ਹਾਂ ਜੇ ਜਸਟ ਨੂੰ ਦੇਖਿਆ, ਕੇਸ ਰਜਿਸਟਰ ਕਰਨ ਜਾ ਰਹੇ ਹਾਂ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।